ਇੱਕ ਦਿੱਲੀ ਦੀ ਸਰਕਾਰ ਹੈ ਕੇਜਰੀਵਾਲ ਸਾਹਿਬ ਇੱਕ ਪੰਜਾਬ ਦੀ ਸਰਕਾਰ ਹੈ ਭਗਵੰਤ ਮਾਨ ਜੀ ਆ ਤਾਜੀ-ਤਾਜੀ ਮੁੱਖ ਮੰਤਰੀ ਬਣਨ ਤੋਂ ਬਾਅਦ ਜਰਮਨੀ ਦੇ ਦੌਰੇ ਤੇ ਗਏ ਸੀ ਪਰ ਹੁਣ ਕੇਜਰੀਵਾਲ ਨੇ ਟਿਕਟ ਕਟਵਾਤੀ ਹੈ ਭਗਵੰਤ ਮਾਨ ਦੀ ਬਿਲਕੁਲ ਪ੍ਰਵੀਨ ਜੀ ਇਹ ਗੱਲ درست ਹੈ ਕਿ ਭਗਵੰਤ ਮਾਨ ਦੀ ਇੱਛਾ ਤੁਰੰਤ ਟਿਕਟ ਕਟਾਈ ਗਈ ਆ ਤੇ ਉਹਨਾਂ ਨੂੰ ਤੁਰੰਤ ਦਿੱਲੀ ਤਲਬ ਹੋ ਕੇ ਜਾਂ ਤਲਬ ਕਰ ਲਿਆ ਗਿਆ ਜਾਂ ਪੇਸ਼ ਹੋਣ ਦੀ ਹਦਾਇਤ ਕਰ ਦਿੱਤੀ ਗਈ ਹੈ ਅਸਲ ਚ ਮਾਮਲਾ ਪੰਜਾਬ ਦੇ ਮਿਸ਼ਨ ਲੋਟਸ ਨੂੰ ਲੈ ਕੇ ਹੀ ਹੈ ਮਿਸ਼ਨ ਲੋਟਸ ਇੰਨਾ ਖਾਬੀ ਹੋ ਗਿਆ ਹੈ ਜਾਂ ਇਸ ਨੂੰ ਪ੍ਰੋਪਗੈਂਡੇ ਰਾਹੀਂ ਇੰਨਾ ਮਸ਼ਹੂਰ ਕਰ ਦਿੱਤਾ ਗਿਆ ਜਾਂ ਸੱਚਮੁੱਚ ਇਹਦੇ ਪਿੱਛੇ ਕੋਈ ਸਾਜ਼ਿਸ਼ ਸ਼ਰਾਰਤ ਹੈ ਜਾਂ ਭਾਜਪਾ ਨੂੰ ਇਹਦਾ ਮਤਲਬ ਹੁਣ ਗੁਜਰਾਤ ਦੇ ਵਿੱਚ ਖਤਰਾ ਬਣ ਗਈ ਆਮ ਆਦਮੀ ਪਾਰਟੀ ਜਾਂ ਜਿਵੇਂ ਆਮ ਆਦਮੀ ਪਾਰਟੀ ਖੁਦ ਧੰਮ ਪਰ ਰਹੀ ਹੈ ਕਿ ਦਿੱਲੀ ਦਾ ਇੱਕ ਵੱਡਾ ਮੈਗਜ਼ੀਨ ਦਿੱਲੀ ਦੀ ਇੱਕ ਵੱਡੀ ਏਜੰਸੀ ਜਿਹਦੇ ਪਹਿਲਾਂ ਦਾਅਵੇ ਬੜੇ ਸੱਚ ਹੋਏ ਨੇ ਉਹਦਾ ਸਰਵੇ ਧੰਮ ਪਰ ਰਿਹਾ ਕਿ ਲੋਜੀ ਗੁਜਰਾਤ ਦੇ ਵਿੱਚ ਤਾਂ ਹਿੱਲ ਗਈ ਆ ਬੀਜੇਪੀ ਤੇ ਉਹਨਾਂ ਨੇ ਇਹ ਵੀ ਕਹਿੰਦੇ ਕਿ ਉਸ ਸਰਵੇ ਵਿੱਚ ਇਹ ਵੀ ਦਮ ਪਰਿਆ ਹੈਗਾ ਕਿ 224 ਦੇ ਵਿੱਚ ਨਰਿੰਦਰ ਮੋਦੀ ਦਾ ਜੇਕਰ ਕੋਈ ਮੁਕਾਬਲਾ ਕਰੂਗਾ ਤਾਂ ਉਹ ਰਾਹੁਲ ਗਾਂਧੀ ਜਾਂ ਕੋਈ ਹੋਰ ਨਹੀਂ ਹੋਊਗਾ ਅਰਵਿੰਦ ਕੇਜਰੀਵਾਲ ਹੋਣਗੇ ਸੋ ਕਹਿੰਦੇ ਕਿ ਆ ਸਰਬਿਆਂ ਨੇ ਆ ਰਿਪੋਰਟਾਂ ਨੇ ਬੀਜੇਪੀ ਦੇ ਹੱਥ ਪੈਰ ਫੁਲਾ ਦਿੱਤੇ ਨੇ ਤੇ ਉਹ ਹੁਣ ਭਜਨੜ ਦੇ ਵਿੱਚ ਕਹਿੰਦੇ ਆਵਾਦੀ ਪਾਰਟੀ ਨੂੰ ਖੇਰਨਾ ਚਾਹੁੰਦੇ ਨੇ ਸੋ ਕੇਜਰੀਵਾਲ ਜੀ ਨੇ ਇਸ ਹਵਾਲੇ ਨਾਲ ਦਮ ਪਰਿਆ ਤੇ ਇਸ ਹਵਾਲੇ ਨਾਲ ਉਹਨਾਂ ਨੇ ਤੁਰੰਤ ਕਹਿੰਦੇ ਪੰਜਾਬ ਦੇ ਸਾਰੇ ਲੀਡਰ ਦਿੱਲੀ ਬਲਾ ਪੰਜਾਬ ਦੇ ਸਮੁੱੱਚੀ ਲੀਡਰਸ਼ਿਪ ਇਹ ਪਤਾ ਲੱਗਿਆ ਪ੍ਰਵੀਨ ਜੀ ਕਿ ਉਹਦੇ ਵਿੱਚ ਰਾਜ ਸਭਾ ਮੈਂਬਰ ਸਾਰੇ ਉਹਦੇ ਵਿੱਚ ਸਾਰੇ ਐਮ ਐਲ ਏ ਸਾਰੇ ਮੰਤਰੀ ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਕੋਈ ਇਹਨਾਂ ਦੇ ਹੱਕ ਚ ਭੁਗਤ ਨਾਲੇ ਪੰਜ ਸਰਪੰਚ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਉਹ ਵੀ ਦਿੱਲੀ ਵਾਲਾਰੇ ਜੀ ਸੋ ਇਹ ਇਹ ਹੁਣ ਦੋ ਪਹਿਲੂ ਨੇ ਇਹਦੇ ਵਿੱਚ ਪਹਿਲਾ ਪਹਿਲੂ ਇਹ ਹੈ ਕਿ ਇਹਨਾਂ ਸਾਰਿਆਂ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਬੈਠ ਕੇ ਸੰਬੋਧਨ ਕਰਨਾ ਭਗਵੰਤ ਮਾਨ ਹੋਰੀ ਵਿਦੇਸ਼ ਦੌਰੇ ਤੇ ਨੇ ਤੇ ਉਹ ਕਹਿੰਦੇ ਜੀ ਪੰਜਾਬ ਲਈ ਮੈਂ ਪੈਕੇਜ ਲੈਣ ਗਿਆ ਪੰਜਾਬ ਲਈ ਮੈਂ ਬਿਜ਼ਨਸ ਲੈਣ ਗਿਆ ਪੰਜਾਬ ਲਈ ਮੈਂ ਉਦਯੋਗ ਲੈਣ ਗਿਆ ਤੇ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਜਦੋਂ ਕਿ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਨੇ ਕਿ ਕਿਹੜਾ ਗਲਾਸੀ ਕਲੱਬ ਹੈ ਜੀ ਇਹ ਜਿਨ੍ਹਾਂ ਨੂੰ ਮਿਲਣ ਗਏ ਨੇ ਜਾਂ ਕੀ ਹੈ ਕਿ ਉਦਯੋਗ ਕਲੱਬ ਨਹੀਂ ਗਏ ਤਾਂ ਹੋਰ ਕੁਝ ਹੈ ਸੋ ਇਹਦੇ ਬਾਰੇ ਉਹ ਵੀ ਚਰਚਾ ਹੋ ਮੰਨੇ ਪਰ ਭਗਵੰਤ ਮਾਨ ਹੋਰਾਂ ਦਾ ਇਹ ਸਰਕਾਰੀ ਦੌਰਾ ਇਹ ਵਿਦੇਸ਼ ਫੇਰੀ ਅਚੇਚੀ ਉਦਯੋਗ ਨੂੰ ਲੈ ਕੇ ਬਿਜ਼ਨਸ ਨੂੰ ਪੰਜਾਬ ਲਿਆਉਣ ਲਈ ਫੇਰੀ 19 ਦਸੰਬਰ ਤੱਕ ਦੀ ਹੈ 19 ਸਤੰਬਰ ਤੱਕ ਦੀ ਹੈ ਸੋ 19 ਸਤੰਬਰ ਨੂੰ ਇਹ ਫੇਰੀ ਖਤਮ ਹੋਣੀ ਸੀ ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਪੰਜਾਬ ਦੇ ਐਮਐਲਏ ਨੂੰ 18 ਸਤੰਬਰ ਨੂੰ ਦਿੱਲੀ ਤਲਬ ਕੀਤਾ ਦੋ ਚੀਜ਼ਾਂ ਨੇ ਇੱਕ ਐਮਐਲਏ ਨੂੰ ਤਲਬ ਕੀਤਾ ਔਰ ਇੱਕ ਪੰਜਾਬ ਦੀ ਸਾਰੀ ਲੀਡਰਸ਼ਿਪ ਨਾਲ ਬੈਠਕ ਹੈ ਉਹਨੂੰ ਸੰਬੋਧਨ ਕਰਨਾ ਸੋ ਦੋ ਚੀਜ਼ਾਂ ਵੱਖੋ ਵੱਖਰੀਆਂ ਨੇ ਇਸ ਲਈ ਦਿੱਲੀ ਦੇ ਵਿੱਚ 18 ਸਤੰਬਰ ਨੂੰ ਜਦੋਂ ਪੰਜਾਬ ਦੇ ਸਾਰੇ ਐਮਐਲਏ ਨੇ ਸਾਹਮਣੇ ਬੈਠਣਾ ਤਾਂ ਭਗਵੰਤ ਮਾਨ ਵੀ ਇੱਕ ਐਮਐਲਏ ਤਾਂ ਹੈਗੇ ਨੇ ਨਾ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਉਹ ਮੰਤਰੀ ਮੰਡਲ ਦੀ ਅਗਵਾਈ ਵੀ ਕਰਦੇ ਨੇ ਸੋ ਇਸ ਲਈ ਉਹਨਾਂ ਦੀ ਅਚੇਚੀ ਟਿਕਟ ਕਟਾ ਲਈ ਗਈ ਹੈ ਉਹ ਟਿਕਟ 19 ਸਤੰਬਰ ਵਾਲੀ ਜਿਹੜੀ ਸੀਗੀ ਉਹ ਕਟਾ ਕੇ 17 ਸਤੰਬਰ ਕੀਤੀ ਗਈ ਹੈ ਔਰ ਹੋ ਸਕਦਾ ਉਹ ਸਿੱਧੇ ਦਿੱਲੀ ਹੀ ਉਤਰਨ ਤੇ ਦਿੱਲੀ ਹੀ ਰੁਕ ਜਾਣ ਫੇਰ ਤੇ 18 ਤਰੀਕ ਦੀ ਬੈਠਕ اٹੈਂਡ ਕਰਨ ਤੋਂ ਬਾਅਦ ਹੀ ਪੰਜਾਬ ਨੂੰ ਪਾਤਨ ਤੇ ਹੁਣ ਦਿੱਲੀ ਦੇ ਵਿੱਚ ਭਗਵੰਤ ਮਾਨ ਹੋਰੀ ਇੱਕ ਉਸ ਬੈਠਕ ਦਾ ਹਿੱਸਾ ਹੋਣਗੇ ਜਿੱਥੇ ਸਾਰੇ ਐਮਐਲਏ ਤਲਬ ਕੀਤੇ ਗਏ ਨੇ ਜਿੱਥੇ ਮਿਸ਼ਨ ਲੋਟਸ ਨੂੰ ਲੈ ਕੇ ਬੀਜੇਪੀ ਦੇ ਦਾਅ ਨੂੰ ਲੈ ਕੇ ਉਹਨਾਂ ਨੂੰ ਰੋਕਣ ਦੇ ਲਈ ਠੱਲ ਪਾਉਣ ਦੇ ਲਈ ਹੈ ਉਹਦੀ ਕਿੰਨੀ ਕੁ ਸਚਾਈ ਹੈ ਕਿੰਨਾ ਕੁ ਝੂਠ ਹੈ ਕਿੰਨੀ ਕੁ ਹੋਰ ਆਪਣੇ ਐਮਐਲਏ ਤੇ ਨਵੀਂ ਪਰਤ ਚੜ੍ਹਨੀ ਹੈ ਉਹਨਾਂ ਨੂੰ ਨਵਾਂ ਕੋਈ ਗੁਰਮੰਤਰ ਦੇਣਾ ਹੈ ਉਹਦੀ ਇੱਕ ਕਵਾਇਦ ਹੈ ਤੇ ਦੂਸਰਾ ਸਮੁੱਚੀ ਲੀਡਰਸ਼ਿਪ ਜਿਹੜੀ ਬੁਲਾਈ ਗਈ ਹੈ ਜਿ ਚਰਾਸਵਾ ਮੈਂਬਰ ਵੀ ਹੋਣਗੇ ਪੰਜ ਸਰਪੰਚ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਦ ਜਿਹੜੇ ਇਹਨਾਂ ਦੇ ਹੱਕ ਚ ਆ ਗਏ ਨੇ ਉਹਨਾਂ ਸਾਰਿਆਂ ਨੂੰ ਵੀ ਨਾਲ ਬੁਲਾਇਆ ਗਿਆ ਤੇ ਉੱਥੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸਮੋਦਨ ਕਰਨਗੇ ਉਹਦੇ ਵਿੱਚੋਂ ਮਿਲਦਾ ਕੁਝ ਲੀਡਰਾਂ ਨੂੰ ਗੁਜਰਾਤ ਔਰ ਕੁਝ ਨੂੰ ਹਿਮਾਚਲ ਭੇਜਣ ਦੀ ਕਵਾਇਦ ਵੀ ਹੋएगी ਸੋ ਇਹ ਸਾਰੀ ਰਣਨੀਤੀ ਘੜੀ ਗਈ ਹੈ ਇਸ ਲਈ ਅਚੇਚੇ ਤੌਰ ਤੇ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਭਗਵੰਤ ਮਾਨ ਦੀ ਸਪੈਸ਼ਲ ਟਿਕਟ ਟਕਟਾਈ ਗਈ ਕਿ ਭਾਈ ਜਾਜ ਫੜ ਤੇ ਉਤਰਿਆ ਫਟਾਫਟ ਇਹ ਇੱਧਰ ਤਾਂ ਨਹੀਂ ਤੇਰੀ ਸਰਕਾਰ ਤੱਕ ਗਈ ਸੋ ਇਸ ਦੇ ਉਹਦੇ ਵੀ ਪੈਰਾਂ ਥੱਲੇ ਜ਼ਮੀਨ ਕੱਢੀ ਗਈ ਹੈ ਕਿ ਇੱਧਰ ਤਾਂ 25-25 ਕਰੋੜ ਚ ਹੋ ਗਿਆ ਸੀ ਸੋ ਦਾ ਅਸੀਂ ਮਸਾਂ ਰੋਕੇ ਨੇ ਤਾਂ ਰਾਗਬ ਚੱਡਾ ਜੀ ਨੇ ਕਮਾਲ ਕਰਤਾ ਇਹਨਾਂ ਨੇ ਮੌਕਾ ਬਾਚ ਲਿਆ ਮੌਕਾ ਸੰਭਾਲ ਲਿਆ ਨਹੀਂ ਤਾਂ ਸਾਰੇ ਐਮਐਲਏ ਚੱਲੇ ਸੀ ਸੋ ਇਸ ਤਰ੍ਹਾਂ ਦਾ ਵੀ ਇੱਕ ਪਾਰਟੀ ਦੇ ਅੰਦਰ ਪ੍ਰੋਪੋਗੈਂਡਾ ਜਿਹੜਾ ਚੱਲ ਰਿਹਾ ਤੇ ਉਸ ਨੂੰ ਲੈ ਕੇ ਭਗਵੰਤ ਮਾਨ ਨੂੰ ਵੀ ਮਤਲਬ ਮਿਲਦਾ ਇਹ ਮਹਿਸੂਸ ਕਰਾਇਆ ਜਾ ਰਿਹਾ ਕਿ ਤੇਰੇ ਹੱਥੋਂ ਸਰਕਾਰ ਚੱਲੀ ਸੀ ਸੋ ਹੁਣ ਕੀ ਉਹਦਾ ਅਹਿਸਾਸ ਉਸ ਨੂੰ ਐਮਐਲਏ ਦੀ ਬੈਠਕ 'ਚ ਵੀ ਕਰਾਇਆ ਜਾਏਗਾ ਕਿ ਉਸ ਨੂੰ ਹੋਰ ਦਿੱਲੀ ਦੇ ਥੱਲੇ ਲਾਉਣ ਦੀ ਕੋਸ਼ਿਸ਼ ਹੋਏਗੀ ਪੈਂトライ ਜਾਂ ਸਰਪੇ ਬੀਜਪੀ ਨੂੰ ਦਿਖਾਉਣ ਲਈ ਡਰਾਉਣ ਲਈ ਆ ਕਿ ਭਾਈ ਆ 2022 ਚ ਤਾਂ ਤਿਆਰ ਰਹੋ ਹਮਾਚਲ ਗੁਜਰਾਤ ਲਈ 24 ਚ ਅਸੀਂ ਤੁਹਾਨੂੰ ਸਾਹਮਣੇ ਹੋ ਕੇ ਟਕਰਾਂਗੇ ਖਾਸ ਕਰਕੇ ਨਰਿੰਦਰ ਮੋਦੀ ਦੇ ਸਾਹਮਣੇ ਜਿਹੜੇ ਕੇਜਰੀਵਾਲ ਕਿਉਂਕਿ ਹੁਣ ਗੁਜਰਾਤ ਜਾ ਕੇ ਬੋਲੀ ਬਦਲ ਗਈ ਹੈ ਕੇਜਰੀਵਾਲ ਦੀ ਹੁਣ ਗੁਜਰਾਤ ਜਾ ਕੇ ਉਹ ਬੀਜਪੀ ਦੇ ਖਿਲਾਫ ਖੁੱਲ ਕੇ ਬੋਲਣ ਲੱਗੇ ਨੇ ਉਹਨਾਂ ਨੂੰ ਲਟੇਰੇ ਚੋਰ ਡਕੈਤ ਉਹ ਸਾਰੀਆਂ ਗੱਲਾਂ ਕਹਿਣ ਲੱਗੇ ਨੇ ਕਿ ਵਸੂਲੀ ਕਰਾਂਗੇ ਇਹਨਾਂ ਨੇ ਖਾ ਲਿਆ ਲੁੱਟ ਕੇ ਇਹਨਾਂ ਨੇ ਆ ਕਰ ਲਿਆ ਧੋਖਾ ਕਰਦੇ ਲੋਕਾਂ ਨੂੰ ਉੱਥੇ ਉਹ ਜਿਹੜੀ ਭਾਸ਼ਾ ਹੈ ਉਹਨਾਂ ਨੂੰ ਲੱਗ ਰਿਹਾ ਕਿ 224 ਦੇ ਲਈ ਪੂਰੀ ਤਿਆਰੀ ਚ ਨੇ ਤੇ ਆਮੋ ਸਾਹਮਣੇ ਟੱਕਰ ਦੇ ਲਈ 118 ਤਰੀਕ ਪੰਜਾਬ ਲਈ ਵੀ ਤੇ ਆਮ ਆਦਮੀ ਪਾਰਟੀ ਲਈ ਵੀ ਤੇ ਭਾਜਪਾ ਲਈ ਵੀ ਅਹਿਮ ਹੋਣ ਵਾਲਾ ਸਾਰਿਆਂ ਦੀ ਨਜ਼ਰ ਦਿੱਲੀ ਤੇ ਰਹੇਗੀ ਔਰ ਭਗਵਾਨ ਤੁਮਨ ਦੀ ਟਿਕਟ ਬਿਲਕੁਲ ਤੁਸੀਂ ਧਰਸ ਸਵਾਲ ਫਰਮਾਇਆ ਕਿ ਭਗਵਾਨ ਤੁਮਨ ਦੀ ਟਿਕਟ ਕੱਟੀ ਗਈ ਹੈ ਬਿਲਕੁਲ ਜੀ ਕਟਵਾ دی ਉਹਦੀ ਟਿਕਟ ਤੇ ਉਹਨਾਂ ਨੂੰ ਜਹਾਜ਼ ਫੜਨ ਲਈ ਕਹਿ ਦਿੱਤਾ ਗਿਆ ਬੀਐਮਡਬਲਯੂ ਵਾਲੇ ਭਲਾ ਨਾਲ ਹੀ ਆਉਣਗੇ ਕਿ ਪਿੱਛੇ ਆਉਣਗੇ ਨਹੀਂ ਉਹਨਾਂ ਨੇ ਤਾਂ ਬਸ ਹੱਥ ਮਿਲਾ ਕੇ ਫੋਟੋ ਵੀ ਖਿਚਾ ਲਈ ਉਹ ਤਾਂ ਕਹਿੰਦੇ ਸੀ ਪੰਗਾ ਹੀ ਪਾ ਲਿਆ ਸੋ ਇਧਰ ਇਧਰ ਵਾਲੇ ਨਾ ਕਰੀ ਜਾਂਦੇ ਨੇ ਉਹ ਕਹਿੰਦੇ ਜਨਾਬ ਕੋਈ ਨਹੀਂ ਆ ਰਹੇ ਸਾਡੇ ਸਪੇਅਰ ਪਾਰਟ ਸਾਡੇ ਸਾਰਾ ਕੁਝ ਠੀਕ ਹੈ ਤੇ ਇਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਨਹੀਂ ਜੀ ਸਾਰਾ ਕੁਝ ਟਵੀਟ ਕੀਤਾ ਖੁਦ ਆਫੀਸ਼ੀਅਲੀ ਟਵੀਟ ਕੀਤਾ ਦੇਖੋ ਸੋ ਇਸ ਲਈ ਲੋਕ ਹੁਣ ਸੋਸ਼ਲ ਮੀਡੀਆ ਤੇ ਪੁੱਛਣ ਲੱਗੇ ਕਿ ਮੁੱਖ ਮੰਤਰੀ ਸਾਹਿਬ ਛੇਤੀ ਕਿਉਂ ਤੁਹਾਨੂੰ ਸੁਖਵੀਰ ਬਾਦਲ ਬਣਨ ਦੀ ਸੋ ਲੋਕ ਤੰਝ ਕੱਸਦੇ ਆ ਫਿਰ ਕਿ ਇਹ ਸ਼ਗੂਫੇ ਹੈ ਇਹ ਗੱਪਾਂ ਕਹਿੰਦੇ ਤਾਂ ਉਹ ਛੱਡਦੇ ਹੁੰਦੇ ਸੀ ਤੁਸੀਂ ਕਿਉਂ ਛੱਡਣ ਲੱਗ ਗਏ ਜੀਆਂ ਗੱਪਾਂ ਤੁਹਾਨੂੰ ਕੀ ਕਾਹਲ ਸੋ ਉਧਰ ਉਹਨਾਂ ਦੀ ਪਾਰਟੀ ਦੇ ਲੀਡਰਸ਼ਿਪ ਉਹਨਾਂ ਦੇ ਪਾਰਟੀ ਦੇ ਬਲਾਾਰੇ ਉਹਨਾਂ ਦੇ ਮੰਤਰੀ ਇਸ ਗੱਲਾਂ ਦੀ ਸਵਾਇ ਦੇ ਰਹੇ ਨੇ ਕਿ ਨਹੀਂ ਉਹ ਤਾਲਮੇਲ ਹੋ ਰਿਹਾ ਜੀ ਗੱਲ ਚੱਲ ਰਹੀ ਹੈ ਜੀ ਉੱਪਰ ਵਾਲੇ ਅਧਿਕਾਰੀਆਂ ਨੂੰ ਮਿਲੇ ਨੇ ਜੀ ਉਹਨਾਂ ਨੂੰ ਸੱਦਾ ਦਿੱਤਾ ਹੈ ਅਸੀਂ ਆਉਣ ਦਾ ਸੋ ਕਹਿੰਦੇ ਉਹਨਾਂ ਦੀ ਟੀਮ ਆਊਗੀ ਜਿਹੜੇ ਸਰਵੇ ਕਰੂਗੀ ਜੀ ਸੋ ਇਸ ਲਈ ਮੁੱਖ ਮੰਤਰੀ ਸਾਹਿਬ ਤਾਂ ਖੁਸ਼ ਬਹੁਤ ਨੇ ਇਸ ਲਈ ਕਹਿੰਦੇ ਕੋ ਸੁਨੇਹਾ ਸੀਗਾ ਸੋ ਬਿਲਕੁਲ BMW ਵਾਲੇ ਨੇ ਹੱਥ ਮਿਲਾ ਕੇ ਪੰਗਾ ਲੈ ਬੈਠੇ ਮਿਲਦਾ ਤੇ ਹੁਣ ਇਹ ਪੰਜਾਬ ਦੇ ਵਿੱਚ ਆਉਣ ਦਾ ਫਿਲਹਾਲ ਕਿਉਂਕਿ ਲਗਾਤਾਰ ਝਟਕੇ ਲੱਗ ਰਿਹਾ ਮਾਨ ਸਰਕਾਰ ਲਈ ਇਹ ਵੀ ਸਵਾਲ ਮੀਟਿੰਗ 'ਚ ਵਿਚਾਰਿਆ ਜਾਊਗਾ ਕਿ ਤੁਸੀਂ ਜਿਹੜਾ ਵੀ ਫੈਸਲਾ ਲੈਨੇ ਹੋ ਉਸ ਤੇ ਝਟਕਾ ਕਿਉਂ ਲੱਗਦਾ ਪਿਛਾਂ ਕਿ ਹੋਟਣਾ ਪੈਂਦਾ ਪਿੱਛੇ ਕਿ ਜਾਣਾ ਪੈਂਦਾ ਕਿੰਨੇ ਫੈਸਲੇ ਝੋਨੇ ਦੀ ਤਰੀਕ ਤੋਂ ਲੈ ਕੇ ਉਹ ਰੇੜਾ ਗੱਡੀਆਂ ਤੱਕ ਤੇ ਹੁਣ ਆਟਾ ਦਾਲ ਸਕੀਮ ਤੋਂ ਲੈ ਕੇ ਮਾਈਨਿੰਗ ਤੇ ਐਕਸਾਈਜ਼ ਪਾਲਿਸੀ ਤੱਕ ਸੋ ਸਾਰੇ ਮਾਮਲਿਆਂ 'ਚ ਲਗਾਤਾਰ ਝਟਕੇ ਲੱਗ ਰਹੇ ਨੇ ਸੋ ਆ ਬੀ ਐਮ ਡਬਲਯੂ ਦਾ ਤਾਜ਼ਾ ਝਟਕਾ ਜੀ ਤੁਸੀਂ ਗੱਲ ਕੀਤੀ ਸੋ ਚਾਹੇ ਉਹ ਪੀਟਰ ਰੇੜਾ ਹੋਵੇ ਤੇ ਚਾਹੇ ਬੀ ਐਮ ਡਬਲਯੂ ਝਟਕੇ ਦੇ ਰਹੀ ਹੈ ਮਾਨ ਸਰਕਾਰ ਦੀ ਜੀ ਇਹ ਇੱਕ ਸਟਾਇਰ ਦੇ ਰੂਪ ਦੇ ਵਿੱਚ ਸਵਾਲ ਸੀਗਾ ਸ਼ਰਮਾ ਜੀ ਨਹੀਂ ਮੈਂ ਵੀ ਜਵਾਬ ਸਟਾਈਲ ਦੇ ਰੂਪ ਚ ਦਿੰਦਾ ਹਾਂ BMW ਹਲੇ ਆਪਾਂ ਵੀ ਲੈਣਦੇ ਉਹਦੇ ਚ ਹੈ ਨਹੀਂਗੇ ਕਿ BMW ਦੇ ਚੁਤੇ ਲੈਣਗੇ ਮਾਨ ਸਾਹਿਬ ਦੇ ਜ਼ਰੂਰੀ ਇਹਨਾ ਪਤਾ ਲੱਗਾ ਕਿ BMW ਹੈ ਕਿ ਛੇ ਆ ਹਾਂ ਬਿਲਕੁਲ 12 ਦੇ ਫੀਚਰ ਫੀਚਰ ਵੇਖ ਲੈਂਦਾ ਬੰਦਾ